ਰਾਤੋ ਰਾਤ ਮਰ ਗਈਆਂ 4 ਦਰਜਨ ਭੇਡਾਂ ਅਤੇ ਉਹਨਾਂ ਦੇ 7 ਮੇਮਣੇ। ਰਾਤ ਨੂੰ ਦੱਬੇ ਪੈਰੀ ਕੌਣ ਆਇਆ ਬਾੜੇ 'ਚ, ਕੌਣ ਕਰ ਗਿਆ ਆਜੜੀ ਦਾ ਐਡਾ ਵੱਡਾ ਨੁਕਸਾਨ। ਦਰਅਸਲ ਤਸਵੀਰਾਂ ਤੇ ਖਬਰ ਅਬੋਹਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪਿੰਡ ਦੇ ਅੰਦਰ ਬਾੜਾ ਬਣਿਆ ਸੀ ਜਿਸ ਦੇ ਅੰਦਰ ਕਰੀਬ 80 ਬੱਕਰੀਆਂ ਸੀ ਤੇ ਉਹਨਾਂ ਦੇ ਕੁਝ ਮੇਮਣੇ। 80 ਬੱਕਰੀਆਂ ਦੇ ਵਿੱਚੋਂ ਜਦ ਅੱਜ ਸਵੇਰ ਬਾੜੇ ਦਾ ਮਾਲਕ ਯਾਨੀ ਕਿ ਆਜੜੀ ਆਉਂਦਾ ਏ, ਉਹ ਦੇਖਦਾ ਏ ਕਿ 46 ਭੇਡਾਂ ਅਤੇ 7 ਮੇਮਣੇ ਮਰ ਚੁੱਕੇ ਨੇ ਤੇ ਬਾਕੀ ਭੇਡਾਂ ਜ਼ਖਮੀ ਨੇ। ਉਹ ਜਲਦ ਤੋਂ ਜਲਦ ਡਾਕਟਰਾਂ ਨੂੰ ਬੁਲਾਉਂਦਾ ਏ, ਜਿਨ੍ਹਾਂ ਭੇਡਾਂ ਨੂੰ ਬਚਾ ਸਕਦਾ ਸੀ ਉਹਨਾਂ ਨੂੰ ਬਚਾ ਲੈਂਦਾ ਏ, ਪਰ ਫਿਰ ਵੀ 46 ਭੇਡਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ 7 ਮੇਮਣੇ ਮਰ ਚੁੱਕੇ ਹੁੰਦੇ ਨੇ। ਆਜੜੀ ਐਡਾ ਵੱਡਾ ਨੁਕਸਾਨ ਦੇਖ ਕੇ ਬਹੁਤ ਭਾਵੁਕ ਹੋ ਜਾਂਦਾ ਏ ਤੇ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਿਸੇ ਜੰਗਲੀ ਜੀਵ ਨੇ ਇਸ ਬਾੜੇ ਦੇ ਵਿੱਚ ਹਮਲਾ ਕੀਤਾ ਏ ਤੇ ਉਹ ਜੰਗਲੀ ਜੀਵ ਐਡਾ ਖਤਰਨਾਕ ਸੀ ਕਿ ਉਸਨੇ ਇੱਕ ਇੱਕ ਝਟਕੇ ਦੇ ਵਿੱਚ ਇੱਕ ਇੱਕ ਭੇਡ ਦਾ ਕਤਲ ਕਰ ਦਿੱਤਾ ਅਤੇ 46 ਭੇਡਾਂ 7 ਮੇਮਣਿਆਂ ਦਾ ਉਸਨੇ ਇੱਕੋ ਝਟਕੇ 'ਚ ਕਤਲ ਕਰ ਦਿੱਤਾ ਤੇ ਬਾਕੀ ਭੇਡਾਂ ਜ਼ਖਮੀ ਕਰ ਗਿਆ। ਆਜੜੀ ਐਡਾ ਵੱਡਾ ਨੁਕਸਾਨ ਨਹੀਂ ਸਹਿਣ ਕਰ ਪਾ ਰਿਹਾ। ਉਸਦੀ ਅਪੀਲ ਹੈ ਵਣ ਵਿਭਾਗ ਤੋਂ ਕਿ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਕਿ ਆਖਿਰਕਾਰ ਉਸਦੀਆਂ ਭੇਡਾਂ 'ਤੇ ਹਮਲਾ ਕੀਤਾ ਕਿਸਨੇ ਅਤੇ ਵਣ ਦਾ ਮੁਆਵਜ਼ਾ ਵੀ ਉਸਨੂੰ ਦਿੱਤਾ ਜਾਵੇ। ਆਓ ਡਾਕਟਰ ਮਨਦੀਪ ਸਿੰਘ ਤੋਂ ਜਾਣਦੇ ਹਾਂ ਕਿ ਆਖਿਰਕਾਰ ਹਰੇਕ ਭੇਡ ਦੇ ਮੂੰਹ 'ਤੇ ਕਿਸ ਜੰਗਲੀ ਜੀਵ ਜਾਂ ਫਿਰ ਕਿਸੇ ਹੋਰ ਦੇ ਵੱਲੋਂ ਵਾਰ ਕੀਤਾ ਗਿਆ। ਆਓ ਜਾਣਦੇ ਹਾਂ। ਰਾਤ ਨੂੰ 8 ਵਜੇ ਛੱਡ ਕੇ 8 ਵਜੇ ਮਾਲ ਜਾਂਦਾ, 7 ਵਜੇ ਲਿਆਉਂਦਾ ਮਾਲ, ਮੈਂ ਚਾੜ ਕੇ ਜਾਂਦਾ ਰਿਹਾ। 12-1 ਵਜੇ ਫਰਮਾਇਆ ਸੀ, ਗੇੜਾ ਮਾਰ ਕੇ ਗਿਆ ਸੀ। 12-1 ਵਜੇ ਬਾਅਦ 'ਚ ਬਾਅਦ ਮੈਂ ਕੋਈ ਨਹੀਂ ਸੀ, ਨੁਕਸਾਨ ਹੋਇਆ ਸੀ। ਮੈਂ ਆ ਕੇ ਵੇਖਿਆ 6 ਵਜੇ ਤੱਕ ਆਇਆ ਜਦੋਂ ਉਦੋਂ ਮੈਂ ਫਿਰ ਵੇਖਿਆ ਜੀ ਗੇੜਾ ਲੀਆਂ ਪਈਆਂ ਸੀ। ਇਹ 5000 ਵਾਲਾ ਜੀ, 5-6 ਲੱਖ ਦਾ ਮੇਰਾ ਇਹ ਮੰਗ ਕਰਦਾ, ਮੈਨੂੰ ਮੁਆਵਜ਼ਾ ਦਿੱਤਾ ਜਾਵੇ। ਮੇਰਾ ਨੁਕਸਾਨ ਗਰੀਬ ਬੰਦਾ, ਮੇਰਾ ਆਈ ਕਾਰੋਬਾਰ ਚੱਲਦਾ ਸੀ, ਮੇਰੇ ਕੋਲ ਹੈ ਨਹੀਂ। ਸਾਨੂੰ ਇਹ ਲੱਗ ਰਿਹਾ ਵਾ ਕਿ ਜਿਵੇਂ ਕਿਸੇ ਐਨੀਮਲ ਦਾ ਅਟੈਕ ਹੁੰਦਾ, ਕਿਉਂਕਿ ਸਾਰੇ ਹੀ ਐਨੀਮਲ ਆ ਜਿਹੜੇ ਉਹਨਾਂ 'ਤੇ ਇੰਜਰੀ ਮਾਰਕਸ ਹੈਗੇ ਨੇ। ਉਹ ਜਿੰਨੇ ਵੀ ਮੈਂ ਐਨੀਮਲ ਡੈਥ ਹੋਈ ਆ, ਲਗਭਗ ਸਾਰੇ ਐਨੀਮਲ ਗੇਟ ਦੇ ਕੋਲ ਇਕੱਠੇ ਹੋਏ ਸੀ, ਇੱਕ ਦੂਜੇ ਦੇ ਉੱਤੇ ਪਏ ਹੋਏ ਸੀ ਜਿਹੜੇ ਆ ਕੇ ਵੇਖਿਆ। ਸੋ ਹੁਣ ਅਸੀਂ ਜਿਹੜਾ, ਕਿਉਂਕਿ ਪਹਿਲੀ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਚੇ ਹੋਏ ਨੇ 25 ਦੇ ਗਰੀਬ ਐਨੀਮਲ ਬਚੇ ਹੋਏ ਨੇ, ਉਹਨਾਂ 'ਤੇ ਇੱਕ ਦੇ ਫ੍ਰੈਕਚਰ ਹੈ, 2-3 ਦੇ ਜ਼ਖਮ ਨੇ, ਕਾਫੀ ਵੱਡੇ ਜਿਹਨਾਂ ਨੂੰ ਟਾਂਕੇ ਲਾਉਣ ਦੀ ਜ਼ਰੂਰਤ, ਇੱਕ ਦੀ ਅੱਖ ਦੇ ਵਿੱਚ ਜ਼ਖਮ ਹੈ, ਉਹਨਾਂ ਕੁਛ ਬੜੇ ਸ਼ੌਕ ਦੇ ਵਿੱਚ ਨੇ ਐਨੀਮਲ। ਸੋ ਸਾਡੀ ਟੀਮ ਲੱਗੀ ਹੈ, ਇੱਕ ਵਾਰੀ ਅਸੀਂ ਉਹਨਾਂ ਨੂੰ ਜਿਹੜਾ ਵਾ ਟ੍ਰੀਟਮੈਂਟ ਦੇ ਰਹੇ ਹਾਂ। ਜਿਹੜੀ ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਨੈਕਸਟ ਸਟੈਪ ਦੇ ਵਿੱਚ ਪੋਸਟਮਾਰਟਮ ਵੱਲ ਆਵਾਂਗੇ, ਉਸ ਤੋਂ ਬਾਅਦ ਪਤਾ ਲੱਗ ਸਕੇਗਾ ਫਾਈਨਲ ਰੀਜ਼ਨ ਕੀ ਆ, ਵੀ ਕਿਸ ਕਰਕੇ ਐਨੀਮਲ। ਕਹਿ ਸਕਦੇ ਜੀ, ਕਿਉਂਕਿ ਸਾਨੂੰ ਇੱਕ ਜਗ੍ਹਾ 'ਤੇ ਫੁੱਟਪ੍ਰਿੰਟਸ ਲੱਗੇ ਨੇ, ਵਾਈਲਡ ਲਾਈਫ ਦੀ ਟੀਮ ਆਏਗੀ, ਉਹ ਦੇਖੇਗੀ ਵੀ ਕੁੱਤਾ ਹੈ ਜਾਂ ਕੋਈ ਹੋਰ ਜਾਨਵਰ ਲੱਗ ਰਿਹਾ। ਦੇਖਦੇ ਹਾਂ, ਹਾਲੇ ਤਾਂ ਜਿਹੜਾ ਇਹਨਾਂ ਦਾ ਮਾਲਕ ਹੈ ਉਹਨਾਂ ਦਾ ਆਪਾਂ ਬਿਆਨ ਲਿਖਿਆ, ਅਤੇ ਉਹਨੇ ਵੀ ਇਹ ਗੱਲ ਕਹੀ ਹੈ ਵੀ ਕੋਈ ਲੱਗਦਾ ਜਿਵੇਂ ਕਿਸੇ ਜਾਨਵਰ ਨੇ ਅਟੈਕ ਕੀਤਾ ਹੁੰਦਾ। ਬਾਕੀ ਡਾਕਟਰਾਂ ਦੀ ਟੀਮ ਆਈ ਹੋਈ ਹੈ, ਜੀਵ ਰੱਖਿਆ ਵਾਲੇ ਵੀ ਆਏ ਹੋਏ ਨੇ, ਜਿਵੇਂ ਇਹ ਆਪਾਂ ਨੂੰ ਕਿਹਾ ਰਿਪੋਰਟ ਦੇਣਗੇ ਪੋਸਟਮਾਰਟਮ ਕਰਕੇ ਉਹਦੇ ਮੁਤਾਬਕ।